ਅੱਛਾ ਬਾਈ ਜੀ, ਇੱਕ ਕਾਂ ਨਾ ਇੱਕ ਦਰਖਤ ਉੱਤੇ ਬਹਿ ਕੇ ਰੋ ਰਿਹਾ ਹੁੰਦਾ ਵਾ। ਕਹਾਣੀ ਬੜੀ ਜ਼ਬਰਦਸਤ ਆ, ਜ਼ਰਾ ਗੌਰ ਕਰਿਓ। ਉਹ ਰੋਂਦਾ ਰੋਂਦਾ ਨਾ ਕਾਂ ਦੀ ਅੱਖ 'ਚ ਅੱਥਰੂ ਡਿੱਗਦਾ ਤੇ ਦਰਖਤ ਥੱਲੇ ਇੱਕ ਬਾਬਾ ਸੁੱਤਾ ਹੁੰਦਾ ਆ। ਉਹ ਬਜ਼ੁਰਗ ਦੇ ਨਾ ਮੂੰਹ ਉੱਤੇ ਆ ਕੇ ਪੈਂਦਾ ਆ। ਬਜ਼ੁਰਗ ਵੇਖਦਾ ਆ ਉੱਤੇ ਕਿ ਕਾਂ ਰੋਣ ਡਿਆ, ਕੀ ਗੱਲ ਆ ਇਹਨੂੰ। ਉਹ ਕਾਂ ਨੂੰ ਪੁੱਛਦਾ ਕਿ ਕਾਵਾਂ ਕੀ ਗੱਲ ਆ, ਕਦੋਂ ਰੋਈ ਜਾਂਦਾ ਵਾ। ਕਾਂ ਕਹਿੰਦਾ ਕਿ ਬਜ਼ੁਰਗਾ ਕੁਛ ਨਾ ਪੁੱਛ, ਮੈਂ ਬੜਾ ਤੰਗ ਆ ਆਪਣੀ ਜ਼ਿੰਦਗੀ ਤੋਂ। ਅੱਲਾ ਪਾਕ ਨੇ ਦੁਨੀਆ ਉੱਤੇ ਬੇਸ਼ੁਮਾਰ ਪਰਿੰਦੇ ਬਣਾਏ ਆ, ਸੋਹਣੇ ਤੋਂ ਸੋਹਣੇ, ਤੇ ਮੈਨੂੰ ਅੱਲਾ ਪਾਕ ਨੇ ਕਾਲਾ ਕੋਝਾ ਬਣਾ ਦਿੱਤਾ ਵਾ। ਪੈਰ ਵੀ ਕਾਲੇ, ਪਰ ਵੀ ਕਾਲੇ, ਚੁੰਝ ਵੀ ਕਾਲੀ, ਜਿੱਥੇ ਵੀ ਜਾ ਕੇ ਬਹਿੰਦਾ ਲੋਕ ਵੱਟੇ ਮਾਰਦੇ ਆ, ਉਡਾ ਛੱਡਦੇ ਆ, ਕੋਈ ਇੱਜ਼ਤ ਨਹੀਂ ਹੈ ਮੇਰੀ ਇਸ ਦੁਨੀਆ ਉੱਤੇ। ਉਹ ਬਜ਼ੁਰਗ ਪੁੱਛਦਾ ਕਿ ਹੁਣ ਤੂੰ ਕੀ ਚਾਹੁੰਦਾ ਆ। ਕਾਂ ਕਹਿੰਦਾ ਕਿ ਮੈਂ ਅਗਰ ਹੰਸ ਬਣ ਜਾਵਾਂ ਨਾ ਤੇ ਬੜੀ ਜ਼ਿੰਦਗੀ ਹੈ ਮੇਰੀ। ਉਹ ਬਜ਼ੁਰਗ ਉਹਨੂੰ ਕਾਂ ਨੂੰ ਆਉਂਦਾ ਵੀ ਇੱਕ ਵਾਰੀ ਜਾ ਕੇ ਤੂੰ ਹੰਸ ਕੋ ਪੁੱਛ ਕੇ ਆ ਕਿ ਹੰਸ ਦੀ ਜ਼ਿੰਦਗੀ ਕਿਹੋ ਜਿਹੀ ਜੀ ਰਿਹਾ ਵਾ, ਫਿਰ ਤੈਨੂੰ ਹੰਸ ਬਣਾ ਦੇਵਾਂਗੇ। ਉਹ ਕਾਂ ਕਹਿੰਦਾ ਕਿ ਨਹੀਂ, ਤੁਸੀਂ ਮੈਨੂੰ ਹੰਸ ਬਣਾ ਦਿਓ, ਹੰਸ ਦੀ ਬੜੀ ਖੂਬਸੂਰਤ ਜ਼ਿੰਦਗੀ ਆ, ਜ਼ਿੰਦਗੀ ਹੋਵੇ ਤੇ ਹੰਸ ਵਰਗੀ ਹੋਵੇ। ਉਹ ਬਜ਼ੁਰਗ ਕਹਿੰਦਾ ਕਿ ਨਹੀਂ, ਇੱਦਾਂ ਨਹੀਂ, ਪਹਿਲਾਂ ਤੂੰ ਹੰਸ ਨੂੰ ਪੁੱਛ ਕੇ ਆ, ਫਿਰ ਤੈਨੂੰ ਹੰਸ ਬਣਾ ਦੇਵਾਂਗੇ। ਉਹ ਕਾਂ ਉੱਡਦਾ ਹੰਸ ਕੋ ਜਾਂਦਾ, ਹੰਸ ਨੂੰ ਜਾ ਕੇ ਆਉਂਦਾ ਆ ਵੀ ਹੰਸ ਸੁਣਾ ਕਿੱਦਾਂ ਤੇਰੀ ਜ਼ਿੰਦਗੀ ਜਾ ਰਹੀ ਆ, ਤੂੰ ਖੁਸ਼ ਆ ਆਪਣੀ ਜ਼ਿੰਦਗੀ ਤੋਂ। ਹੰਸ ਕਹਿੰਦਾ ਕਿ ਮੇਰੀ ਕਾਹਦੀ ਜ਼ਿੰਦਗੀ ਆ, ਸਾਰੀ ਦਿਹਾੜੀ ਪਾਣੀ ਵਿੱਚ ਲੰਘ ਜਾਂਦੀ ਆ, ਦੂਰੋਂ ਖਲੋਤਾ ਮੈਂ ਵੇਖਦਾ ਨਹੀਂ, ਜਿੱਥੇ ਵੀ ਵੇਖਦਾ ਆ ਲੋਕ ਵੱਟੇ ਮਾਰਦੇ ਮੈਨੂੰ, ਮੈਂ ਬੜਾ ਤੰਗ ਆ ਆਪਣੀ ਜ਼ਿੰਦਗੀ ਤੋਂ। ਹੁਣ ਕਾਂ ਹੰਸ ਦੀ ਗੱਲ ਸੁਣ ਕੇ ਨਾ ਬੜਾ ਹੈਰਾਨ ਹੁੰਦਾ ਆ। ਉਹ ਹੰਸ ਕੋ ਪੁੱਛਦਾ ਕਿ ਤੂੰ ਕੀ ਚਾਹੁੰਦਾ ਆਪਣੀ ਜ਼ਿੰਦਗੀ ਵਿੱਚ। ਉਹ ਹੰਸ ਕਹਿੰਦਾ ਕਿ ਮੈਂ ਚਾਹੁੰਦਾ ਅੱਲਾ ਪਾਕ ਮੈਨੂੰ ਦੂਸਰੀ ਜ਼ਿੰਦਗੀ ਦੇਵੇ ਨਾ, ਤੇ ਮੈਂ ਤੋਤਾ ਬਣਨਾ ਚਾਹੁੰਦਾ ਆ, ਜ਼ਿੰਦਗੀ ਤੇ ਤੋਤੇ ਦੀ ਆ। ਉਹ ਕਾਂ ਹੁਣ ਹੰਸ ਦੀ ਗੱਲ ਸੁਣ ਕੇ ਨਾ ਬੜਾ ਪਰੇਸ਼ਾਨ ਹੋ ਜਾਂਦਾ ਕਿ ਹੰਸ ਕੀ ਕਹੀ ਜਾਂਦਾ ਆ। ਉਹ ਉੱਥੋਂ ਉੱਡਦਾ ਕਿ ਤੋਤੇ ਕੋਲ ਚਲਾ ਜਾਂਦਾ ਆ, ਤੋਤੇ ਨੂੰ ਜਾ ਕੇ ਹੁਣ ਇਹ ਗੱਲ ਪੁੱਛਦਾ ਹੈ ਕਿ ਤੋਤਿਆ ਸੁਣਾ ਕਿੱਦਾਂ ਜਾ ਰਹੀ ਹੈ ਤੇਰੀ ਜ਼ਿੰਦਗੀ। ਤੋਤਾ ਉਹਨੂੰ ਆਉਂਦਾ ਕਿ ਕਾਹਦੀ ਜ਼ਿੰਦਗੀ ਆ ਮੇਰੀ ਯਾਰ, ਜਿੱਥੇ ਵੀ ਜਾ ਕੇ ਬਹਿਨਾ ਆ ਲੋਕ ਫੜ ਕੇ ਮੈਨੂੰ ਕੈਦ ਕਰ ਲੈਂਦੇ ਆ ਤੇ ਸਾਰੀ ਜ਼ਿੰਦਗੀ ਮੁੜ ਕੇ ਕੈਦ ਵਿੱਚ ਕੱਟਣੀ ਪੈਂਦੀ ਹੈ, ਮੇਰੀ ਕਾਹਦੀ ਜ਼ਿੰਦਗੀ ਆ, ਜ਼ਿੰਦਗੀ ਤੇ ਮੋਰਦੀ ਆ। ਉਹ ਤੋਤਾ ਹੁਣ ਕਾਂ ਉੱਥੋਂ ਉੱਠਦਾ ਆ ਤੋਤੇ ਕੋਲੋਂ ਤੇ ਜਾ ਕੇ ਮੋਰ ਕੋਲ ਚਲਾ ਜਾਂਦਾ। ਮੋਰ ਨੂੰ ਜਾ ਕੇ ਹੁਣ ਇਹ ਗੱਲ ਪੁੱਛਦਾ ਕਿ ਮੋਰਾ ਸੁਣਾ ਕਿੱਦਾਂ ਜਾ ਰਹੀ ਹੈ ਤੇਰੀ ਜ਼ਿੰਦਗੀ, ਖੁਸ਼ੀਆਂ ਤੂੰ ਆਪਣੀ ਜ਼ਿੰਦਗੀ ਤੋਂ। ਮੋਰ ਕਹਿੰਦਾ ਕਿ ਯਾਰ ਮੇਰੀ ਕਾਹਦੀ ਜ਼ਿੰਦਗੀ ਆ, ਸਾਰੀ ਜ਼ਿੰਦਗੀ ਚਿੜੀਆਂ ਘਰਾਂ ਵਿੱਚ ਗੁਜ਼ਰ ਜਾਂਦੀ ਆ, ਲੋਕ ਆਉਂਦੇ ਆ ਤਸਵੀਰਾਂ ਖਿੱਚਦੇ ਆ, ਸੋਟੀਆਂ ਮਾਰਦੇ ਆ, ਪਰ ਮੇਰੇ ਖਿੱਚ ਲੈਂਦੇ ਆ, ਪੈਰ ਮੇਰੇ ਵੇਖ ਕਿੱਡੇ ਕੋਝੇ ਆ, ਮੇਰੀ ਕਾਹਦੀ ਜ਼ਿੰਦਗੀ ਆ, ਸਾਰੀ ਜ਼ਿੰਦਗੀ ਤੇ ਮੈਂ ਚਿੜੀਆਂ ਘਰਾਂ ਵਿੱਚ ਕੈਦ 'ਚ ਕੱਢ ਦਿੰਦਾ ਆ। ਮੈਂ ਚਾਹੁੰਦਾ ਹਾਂ ਕਿ ਮੈਨੂੰ ਅੱਲਾ ਪਾਕ ਦੂਸਰੀ ਜ਼ਿੰਦਗੀ ਦੇਵੇ ਨਾ, ਤਾਂ ਮੈਂ ਕਾਂ ਬਣਨਾ ਚਾਹੁੰਦਾ ਹਾਂ। ਹੁਣ ਕਾਂ ਉਹਦੀ ਗੱਲ ਸੁਣ ਕੇ ਬੜਾ ਹੈਰਾਨ ਹੋ ਜਾਂਦਾ ਆ ਕਿ ਮੈਂ ਤਾਂ ਕਿੱਡਾ ਨਾ ਸ਼ੁਕਰਾਂ ਆ, ਮੈਂ ਚਾਹੁੰਦਾ ਹਾਂ ਕਿ ਮੈਂ ਤੋਤਾ ਬਣਾ, ਹੰਸ ਬਣਾ, ਲੇਕਿਨ ਇਹ ਮੋਰ ਐਡਾ ਖੂਬਸੂਰਤ ਆ, ਇਹ ਚਾਹੁੰਦਾ ਕਿ ਮੈਂ ਕਾਂ ਬਣਾ। ਕੋਈ ਉੱਥੋਂ ਉੱਡਦਾ ਆ ਫਿਰ ਬਾਬੇ ਕੋਲ ਚਲਾ ਜਾਂਦਾ ਹੈ। ਉਹ ਬਾਬਾ ਉਹਨੂੰ ਕਾਂ ਨੂੰ ਕਹਿੰਦਾ ਕਿ ਹਾਂ ਪੁੱਛ ਆਇਆ ਹੰਸ ਦਾ ਹਾਲ, ਹੁਣ ਤੈਨੂੰ ਫਿਰ ਹੰਸ ਬਣਾ ਦਈਏ। ਕਾਂ ਕਹਿੰਦਾ ਕਿ ਨਹੀਂ ਬਜ਼ੁਰਗਾ, ਮੈਂ ਜਿਹੋ ਜਿਹਾ ਹੈਗਾ ਹਨਾ, ਮੈਂ ਉਸੇ ਰੰਗ ਵਿੱਚ ਖੁਸ਼ ਹਾਂ, ਮੈਨੂੰ ਅੱਲਾ ਪਾਕ ਨੇ ਜਿਹੋ ਜਿਹਾ ਬਣਾ ਦਿੱਤਾ ਹਨਾ, ਮੈਂ ਉਹਦੇ ਵਿੱਚ ਹੀ ਖੁਸ਼ ਹਾਂ, ਮੈਂ ਹੰਸ ਨਹੀਂ ਬਣਨਾ। ਗੱਲ ਦੱਸਣ ਦਾ ਭਰਾਵੋ ਮਕਸਦ ਇਹ ਆ ਕਿ ਬੜੇ ਲੋਕ ਅੱਲਾ ਪਾਕ ਨੂੰ ਗਿਲੇ ਸ਼ਿਕਵੇ ਕਰਦੇ ਆ ਕਿ ਅੱਲਾ ਪਾਕ ਨੇ ਮੈਨੂੰ ਕਾਲਾ ਬਣਾਇਆ ਵਾ, ਮੈਨੂੰ ਕੀ ਬਣਾ ਦਿੱਤਾ, ਫਲਾਣੇ ਨੂੰ ਐਡਾ ਸੋਹਣਾ ਬਣਾਇਆ ਵਾ, ਜਾਂ ਫਲਾਣੇ ਬੰਦੇ ਨੂੰ ਇੰਨੀ ਦੌਲਤ ਤਾ ਕਰ ਦਿੱਤੀ ਹੈ। ਬਾਈ ਸਭ ਤੋਂ ਪਹਿਲਾਂ ਆਪਣੇ ਜਿਸਮ ਵੱਲ ਵੇਖਿਆ ਕਰੋ ਕਿ ਅੱਲਾ ਪਾਕ ਨੇ ਸਾਨੂੰ ਹੱਥ ਪੈਰ ਹਰ ਚੀਜ਼ ਸਲਾਮਤ ਦਿੱਤੀ ਆ। ਕੁਛ ਲੋਕ ਬਾਈ ਦੁਨੀਆ 'ਤੇ ਇਹੋ ਜਿਹੇ ਵੀ ਆ ਜਿਨ੍ਹਾਂ ਨੂੰ ਅੱਲਾ ਪਾਕ ਨੇ ਲੱਤਾਂ ਨਹੀਂ ਦਿੱਤੀਆਂ, ਬਾਹਾਂ ਨਹੀਂ ਦਿੱਤੀਆਂ, ਸੁਣਨ ਵਾਸਤੇ ਕੰਨ ਨਹੀਂ ਦਿੱਤੇ।